खबर पंजाब दी ते एक बार फिर तुहाडा स्वागत है दोस्तों। जिवें कि तुसी सारे जानते हो अज अमृतसर दे रेलवे स्टेशन ते आल इंडिया कांग्रेस कमेटी वालों एक मौन वर्त रख्या गया सी जिहदी अगवाई सरदार नवजोत सिंह सिद्धू ने करनी सी, पर सिद्धू तां नहीं आए। हुण मौन वर्त जिहड़ा इस वेले तुसी मेरे पिछे वेख सकते हो खत्म हो चुका है, समाप्ति है। टाइम जिहड़ा 12 तों 3 दा उह पूरा हो चुका है, सिद्धू नहीं पुजे। सो तुसी वेख सकते हो धरने की जिहड़ी मौन वर्त की समाप्ति है वह की जा चुकी है। सिद्धू दे ना पुजन ते जिथे कांग्रसियां दे विच काफ़ी निराशा जिहड़ी है उसका माहौल जिहड़ा वह पाया जा रहा। कोशिश करांगे तुहाडी गल भी कराई जावे कुछ कांग्रसी लीडरां दे नाल। ठीक है भाई, ठीक है। धरने की मौन वर्त की जिहड़ी समाप्ति है वह की जा चुकी है। लाइव तस्वीर जिहड़ियां तुसीं इस वेले खबर पंजाब दी ते वेख रहे हो। साढ़े नाल ने इस वेले अमृतसर इंप्रूवमेंट ट्रस्ट के चेयरमैन सरदार दमनदीप सिंह उपल जी। जिमें कि तुसी सारे जानते हो अज अमृतसर के रेलवे स्टेशन से लखीमपुर खीरी कांड के विरोध के
ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਇੱਕ ਮੌਨ ਵਰਤ ਦੀ ਜਿਹੜੀ ਹੈ ਇਹ ਸੱਦਾ ਦਿੱਤਾ ਗਿਆ ਸੀ ਜਿਹਦੀ ਕਿ ਅਗਵਾਈ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਕਰਨੀ ਸੀ। ਹਾਲਾਂਕਿ ਸਰਦਾਰ ਨਵਜੋਤ ਸਿੰਘ ਸਿੱਧੂ ਇੱਥੇ ਨਹੀਂ ਪੁੱਜੇ, ਪਰ ਅੰਮ੍ਰਿਤਸਰ ਦੇ ਤਮਾਮ ਕਾਂਗਰਸੀ ਲੀਡਰ ਜਿਹੜੇ ਨੇ ਉਹ ਇੱਥੇ ਪੁੱਜੇ ਔਰ ਉਹਨਾਂ ਨੇ ਸ਼ਿਰਕਤ ਕੀਤੀ। ਗੱਲ ਕਰਾਂਗੇ ਚੇਅਰਮੈਨ ਸਾਹਿਬ ਨਾਲ। ਚੇਅਰਮੈਨ ਸਾਹਿਬ, ਜਿਵੇਂ ਕਿ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ 'ਤੇ ਇਹ ਜਿਹੜਾ ਮੌਨ ਵਰਤ ਹੈ ਇਹ ਰੱਖਿਆ ਗਿਆ, ਪਰ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਇੱਥੇ ਨਾ ਪੁੱਜਣ ਨਾਲ ਕੀ ਕੋਈ ਗਲਤ ਸੰਦੇਸ਼ ਨਹੀਂ ਜਾਏਗਾ? ਨਹੀਂ ਜੀ, ਨਹੀਂ, ਐਸੀ ਕੋਈ ਗੱਲ ਨਹੀਂ। ਸਰਦਾਰ ਨਵਜੋਤ ਸਿੰਘ ਸਿੱਧੂ ਸਾਰਿਆਂ ਨੂੰ ਜਿਵੇਂ ਪਤਾ ਆ ਕਿ ਉਹ ਪਰਮਾਤਮਾ ਦੀ ਭਗਤੀ ਦੇ ਵਿੱਚ ਜਿਹੜਾ ਉਹ ਮਾਲਕ ਦੇ ਵਿੱਚ ਬੜੀ ਉਹਨਾਂ ਦੀ ਆਸਥਾ ਆ, ਅਤੇ ਨਵਰਾਤਰੇ ਹੋਣ ਕਰਕੇ ਸਿੱਧੂ ਸਾਹਿਬ ਵੈਸ਼ਨੋ ਮਾਤਾ ਗਏ ਨੇ ਔਰ ਅੱਜ ਵੈਸ਼ਨੋ ਮਾਤਾ ਤੋਂ ਹੀ ਸਿੱਧਾ ਉਹਨਾਂ ਇੱਥੋਂ ਆਉਣਾ ਸੀ ਅਤੇ ਉਹ ਮਹਾਂਮਾਈ ਦਾ ਆਸ਼ੀਰਵਾਦ ਲੈਣ ਹੀ ਗਏ ਸੀ ਅਤੇ ਉਹ ਜਦੋਂ ਉੱਥੋਂ ਆਉਣਾ ਸੀ ਉਹ ਜਿਹੜੀ ਉਹ ਰੋਪਵੇ ਚੱਲਦਾ ਹੈ ਉਹ ਬਾਰਿਸ਼ ਅਤੇ ਹਵਾ ਕਰਕੇ ਉਹ ਚੱਲਿਆ ਨਹੀਂ, ਜਿਹਦੇ ਕਰਕੇ ਉਹ ਉੱਤੇ ਕਾਫੀ ਮੁਸ਼ਕਲ ਆਈ ਉਤਰਨ 'ਚ ਵੀ, ਅਤੇ ਅੱਜ ਤੱਕ ਉਹ ਜਿਵੇਂ ਉੱਥੋਂ ਨਿਕਲ ਨਹੀਂ ਸਕੇ। ਨਹੀਂ ਤਾਂ ਉਹਨਾਂ ਦਾ ਪਲਾਨ ਇਹੋ ਹੀ ਸੀ ਕਿ ਉੱਥੋਂ ਨਿਕਲ ਕੇ ਅਤੇ ਇੱਥੇ ਜਿਹੜਾ ਆ ਪਹੁੰਚਦੇ ਜ਼ਰੂਰ, ਸੋ ਉਹਨਾਂ ਜ਼ਰੂਰ ਆਉਣਾ ਸੀ। ਮੌਸਮ ਖਰਾਬ ਹੋਣ ਕਰਕੇ ਉਹ ਰੋਪਵੇ ਨਾ ਚੱਲਣ ਕਰਕੇ ਉਹ ਨਹੀਂ ਆ ਸਕੇ, ਅਦਰਵਾਈਜ਼ ਦੇ ਸਾਰੇ ਉਹਨਾਂ ਦੇ ਸਨੇਹ ਤਾਂ ਇੱਥੇ ਆਏ ਨੇ ਔਰ ਉਹਨਾਂ ਦਾ ਹੀ ਸਾਰੇ ਰੂਪ ਨੇ, ਸਾਰੀ ਕਾਂਗਰਸ ਸਾਰੇ ਉਹਨਾਂ ਦੇ ਹੀ ਸਾਥੀ ਨੇ ਅਤੇ ਸਾਰਿਆਂ ਨੂੰ ਵੇਖੋ, ਹਰ ਇੱਕ ਕਾਂਗਰਸ ਪਾਰਟੀ ਇਕੱਠੀ ਹੋਈ ਸੀ ਔਰ ਉਹਦਾ ਹੀ ਸਾਰਿਆਂ ਨੇ ਵਿਰੋਧ ਜਿਹੜਾ ਅੱਜ ਕੀਤਾ। ਇਹ ਸਨ ਸਾਡੇ ਨਾਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਮਨਦੀਪ ਸਿੰਘ ਉੱਪਲ, ਜਿਨ੍ਹਾਂ ਨੇ ਜਿਵੇਂ ਕਿ ਦੱਤੀ ਸਾਹਿਬ ਨੇ ਦੱਸਿਆ ਪਹਿਲਾਂ, ਉਹਨਾਂ ਨੇ ਵੀ ਦੱਸਿਆ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਸੀ ਉਹ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਦੇ ਵਿੱਚ ਉੱਥੇ ਪੁੱਜੇ ਸੀ ਔਰ ਮੌਸਮ ਖਰਾਬ ਹੋ ਜਾਣ ਕਰਕੇ ਉਹਨਾਂ ਦਾ ਜਿਹੜਾ ਚੋਪਰ ਸੀ ਉਹ ਨਹੀਂ ਉੱਡ ਸਕਿਆ ਔਰ ਇੱਥੇ ਉਹ ਨਹੀਂ ਪੁੱਜ ਸਕੇ। ਸੋ ਬਣੇ ਰਹੋ ਤੁਸੀਂ ਖਬਰ ਪੰਜਾਬ ਦੀ ਨਾਲ, ਅਗਲੀ ਖਬਰ ਲੈ ਕੇ ਫਿਰ ਤੁਹਾਡੇ ਲਈ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਕੈਮਰਾਮੈਨ ਰਾਜਕੁਮਾਰ ਸ਼ਰਮਾ ਦੇ ਨਾਲ ਦੀਪਕ ਗੁਪਤਾ, ਖਬਰ ਪੰਜਾਬ ਦੀ, ਅੰਮ੍ਰਿਤਸਰ।